सच दी आवाज़ चैनल दे नाल जुड़े हुए सारे वीर भैणा सारे स्रोते उन्हां सारिआं नूं लखविंदर सिंह गंभीर वालों भाव मेरे वालों गुरु फतेह प्रवान होवे। वाहिगुरू जी का खालसा वाहिगुरू जी की फतेह। एक वीडियो का छोटा जिहा क्लिप तुहानूं दिखाउण लगा हाँ। वीडियो दरबार साहब अमृतसर की है, दरबार साहब के बाहर की है, जितों आपां दरबार साहब एंटर होंने आ उत्थे एक भैया फड़िया जांदा है, उहदी जेब दे विच तंबाकू हुंदा है ते होर नशीलियां जिहड़ियां चीज़ां ने ਉਹ ਹੁੰਦੀਆਂ ਨੇ ਜਿਹੜੀਆਂ ਕਿ ਉਹ ਅੰਦਰ ਲੈ ਕੇ ਜਾਣ ਦੀ ਕੋਸ਼ਿਸ਼ ਕਰਦਾ ਹੈ। ਕਿਸੇ ਵੀ ਧਾਰਮਿਕ ਸਥਾਨ ਦੇ ਅੰਦਰ ਨਸ਼ਾ ਲੈ ਕੇ ਜਾਣਾ ਇੱਕ ਬਹੁਤ ਵੱਡੀ ਅਸ਼ਰਧਕ ਗੱਲ ਹੈ ਔਰ ਇੱਕ ਵਜਰ ਕੁਰਹਿਤ ਹੈ ਜਿਹੜੀ ਬਖਸ਼ੀ ਨਹੀਂ ਜਾ ਸਕਦੀ ਹੈ। ਔਰ ਇਹ ਜਿਹੜਾ ਸ਼ਖਸ ਹੈ, ਜਦਕਿ ਇਹੋ ਜਿਹੇ ਹੋਰ ਬਹੁਤ ਸਾਰੇ ਭਈਏ ਗੁਰੂ ਘਰਾਂ ਦੇ ਵਿੱਚ ਆਉਂਦੇ ਹੈ, ਲੰਗਰ ਪਾਣੀ ਵੀ ਛਕਦੇ ਹੈ ਔਰ ਹਰ ਇੱਕ ਗੁਰਦੁਆਰੇ ਦੇ ਅੰਦਰ ਤਕਰੀਬਨ ਹਰ ਇੱਕ ਇਤਿਹਾਸਕ ਗੁਰਦੁਆਰੇ ਅੰਦਰ ਪੰਜਾਬੀ ਹਿੰਦੀ ਇੰਗਲਿਸ਼ ਦੇ ਵਿੱਚ ਲਿਖਿਆ ਹੁੰਦਾ ਕਿ ਨਸ਼ਾ ਕੋਈ ਵੀ ਕਿਸੇ ਵੀ ਪ੍ਰਕਾਰ ਦਾ ਜਿਹੜਾ ਨਸ਼ਾ ਹੈ ਬੀੜੀ ਤੰਬਾਕੂ ਆਦਿਕ ਉਹ ਲੈ ਕੇ ਅੰਦਰ ਜਾਣ ਦੀ ਮਨਾਹੀ ਹੈ। ਪਰ ਇਹਦੇ ਬਾਵਜੂਦ ਵੀ ਇਹ ਵਾਰ ਵਾਰ ਗਲਤੀਆਂ ਕਰਦੇ ਆ। ਇੱਕ ਤਾਂ ਗਲਤੀਆਂ ਕਰਦੇ ਹੈ, ਉੱਤੋਂ ਇਹ ਆਪਣੀਆਂ ਸਫਾਈਆਂ ਵੀ ਦਿੰਦੇ ਆ। ਅੱਜ ਕੱਲ੍ਹ ਪੰਜਾਬ ਦੀ ਧਰਤੀ ਦੇ ਉੱਤੇ ਲਗਾਤਾਰ ਭਈਆਂ ਦਾ ਵਿਰੋਧ ਹੋ ਰਿਹਾ, ਉਹਦੇ ਪਿੱਛੇ ਬਹੁਤ ਸਾਰੇ ਹੋਰ ਵੀ ਕਾਰਨ ਹੈ। ਜਿਸ ਤਰ੍ਹਾਂ ਜੰਡਿਆਲੇ ਦੇ ਵਿੱਚ ਇੱਕ ਸਰਦਾਰ ਦੀ ਇੱਕ ਭਈਏ ਨੇ ਪੱਗ ਉਤਾਰ ਦਿੱਤੀ ਹੈ, ਇਸ ਤਰ੍ਹਾਂ ਹੀ ਕਈ ਪਿੰਡਾਂ ਦੇ ਵਿੱਚ ਨਾਜਾਇਜ਼ ਕਬਜ਼ੇ ਬਈਏ ਕਰਕੇ ਬੈਠੇ ਹੋਏ ਹੈ। ਇਸੇ ਤਰ੍ਹਾਂ ਹੀ ਜਲੰਧਰ ਦੇ ਵਿੱਚ ਬਲਾਤਕਾਰ ਦੀਆਂ ਰਿਪੋਰਟਾਂ ਵੀ ਬਈਆਂ ਵੱਲੋਂ ਕੀਤੇ ਬਲਾਤਕਾਰ ਦੀਆਂ ਰਿਪੋਰਟਾਂ ਤਾਂ ਕਿਵੇਂ ਆਈਆਂ ਔਰ ਕੁਝ ਗੁਰਸਿੱਖ ਪਰਿਵਾਰਾਂ ਦਾ ਮਾਰ ਕੁਟਾਪਾ ਕਰਨ ਦੀ ਗੱਲਾਂ ਵੀ ਆਈਆਂ। ਲੁਧਿਆਣੇ ਦੇ ਵਿੱਚ ਵੀ ਬਹੁਤ ਸਾਰੀਆਂ ਗੱਲਾਂ ਆਈਆਂ, ਭਾਵ ਪੂਰੇ ਪੰਜਾਬ ਦੇ ਵਿੱਚ। ਇੱਕ ਤਾਂ ਬਾਹਰੋਂ ਤੁਸੀਂ ਆਏ ਹੋ, ਇੱਥੇ ਆ ਕੇ ਨਸ਼ਾ ਫੈਲਾਇਆ, ਇੱਥੇ ਆ ਕੇ ਬਿਜ਼ਨਸ ਕਰ ਰਹੇ ਹੋ, ਆਪਣਾ ਕਰੋੜਾਂ ਰੁਪਈਏ ਬਿਹਾਰ ਨੂੰ ਯੂਪੀ ਨੂੰ ਭੇਜ ਰਹੇ ਹੋ, ਉਹਦੇ ਬਾਵਜੂਦ ਇੱਥੋਂ ਦੇ ਰਹਿਣ ਵਾਲੇ ਜਿਹੜੇ ਲੋਕ ਹੈ ਉਹਨਾਂ ਦੇ ਖਿਲਾਫ਼ ਗਲਤ ਸ਼ਬਦ ਬੋਲਦੇ ਹੋ, ਜੇ ਉਹ ਤੁਹਾਨੂੰ ਕੁਛ ਕਹਿੰਦੇ ਆ ਤਾਂ ਉਹਨਾਂ ਦੇ ਗੱਲ ਪੈਂਦੇ ਹੋ, ਇਹ ਚੀਜ਼ ਬਹੁਤ ਗਲਤ ਹੈ। ਕੋਈ ਵੀ ਬੰਦਾ ਆਪਣਾ ਬਿਜ਼ਨਸ ਕਰੇ, ਕੋਈ ਵੀ ਇਨਸਾਨ ਆਪਣੀ ਕਮਾਈ ਕਰੇ, ਮਾੜੀ ਗੱਲ ਨਹੀਂ, ਪਰ ਉਹ ਜਿਸ ਧਰਤੀ 'ਤੇ ਜਿਸ ਦੇਸ਼ ਦੇ ਅੰਦਰ ਤੁਸੀਂ ਇਹ ਕੰਮ ਕਰ ਰਹੇ ਹੋ, ਜਿਸ ਧਰਤੀ 'ਤੇ ਬੈਠ ਕੇ ਬਿਜ਼ਨਸ ਕਰ ਰਹੇ ਹੋ, ਰੋਟੀਆਂ ਖਾ ਰਹੇ ਹੋ, ਉੱਥੋਂ ਦੇ ਰਹਿਣ ਵਾਲੇ ਲੋਕਾਂ ਨਾਲ ਬਦਸਲੂਕੀ ਕਰੋਗੇ ਤਾਂ ਇਹ ਬਹੁਤ ਵੱਡੀ ਗਲਤ ਗੱਲ ਹੈ। ਜਿਵੇਂ ਕਿ ਮੈਂ ਪਿਛਲੀ ਵੀਡੀਓ ਵਿੱਚ ਵੀ ਕਿਹਾ ਸੀ ਕਿ ਮੈਂ ਬਿਲਕੁਲ ਬਾਈਕਾਟ ਕਰ ਦਿੱਤਾ ਹੈ, ਭਈਆਂ ਦੇ ਕੋਲੋਂ ਨਾ ਸਬਜ਼ੀ ਖਰੀਦਦਾ, ਨਾ ਕੁਝ ਖਾਈਦਾ, ਨਾ ਕੁਝ ਲਈਦਾ। ਅੱਜ ਵੀ ਮੈਂ ਸ਼ਾਮੀ ਕੁਛ ਲਿਆਉਣ ਵਾਸਤੇ ਬਾਹਰ ਗਿਆ, ਮੈਨੂੰ ਘੱਟੋ ਘੱਟ ਵੀ 8-10 ਦੁਕਾਨਾਂ ਭਈਆਂ ਦੀਆਂ ਛੱਡ ਕੇ ਇੱਕ ਆਪਣੇ ਪੰਜਾਬੀ ਵੀਰ ਦੀ ਦੁਕਾਨ 'ਤੇ ਜਾ ਕੇ ਕੁਝ ਫਲ ਫਰੂਟ ਲੈਣਾ ਪਿਆ। ਇਹ 'ਤੇ ਕਿਸੇ ਨਾਲ ਨਫ਼ਰਤ ਨਹੀਂ ਹੈ, ਪਰ ਇਹ ਆਪਣਾ ਇੱਕ ਨਿੱਜੀ ਮੇਰਾ ਫੈਸਲਾ ਵੀ ਇਹਨਾਂ ਦੇ ਕੋਲੋਂ ਮੈਂ ਕੁਝ ਨਹੀਂ ਲੈਣਾ। ਇਹ ਨਹੀਂ ਮੈਂ ਕਹਿ ਰਿਹਾ ਵੀ ਇੱਕ ਬੰਦੇ ਦੀ ਗਲਤੀ ਕਰਕੇ ਸਾਰੇ ਨੂੰ ਮਾੜਾ ਕਹੋ, ਨਹੀਂ, ਪਰ ਆਪ ਆਪਣੀ ਸੋਚ ਹੈ ਵੀ ਨਹੀਂ ਲੈਣਾ। ਜਿਹੜੇ ਪੰਜਾਬ ਦੇ ਇੱਥੋਂ ਦੇ ਲੋਕ ਹੈ ਆਪਾਂ ਉਹਨਾਂ ਨੂੰ ਛੱਡ ਦਿੰਦੇ ਹਾਂ। ਪਿਛਲੇ ਦਿਨੀ ਇੱਕ ਵੀਡੀਓ ਵੇਖ ਰਿਹਾ ਸੀ, ਇੱਕ ਵੀਰ ਨੇ ਸਪਸ਼ਟ ਆਖਿਆ ਕਿ 10 ਦੁਕਾਨਾਂ ਭਈਆਂ ਦੀਆਂ ਲੱਗੀਆਂ ਹੋਣ, ਇੱਕ ਸਰਦਾਰ ਦੀ ਹੋਵੇ। ਸਾਡੇ ਪੰਜਾਬੀ ਕਿਸੇ ਸਰਦਾਰ ਜਾਂ ਪੰਜਾਬੀ ਦੇ ਕੋਲ ਚੀਜ਼ ਲੈਣੀ ਪਸੰਦ ਨਹੀਂ ਕਰਦੇ, ਇਹਨਾਂ ਦੇ ਕੋਲ ਜਾਂਦੇ ਨੇ, ਭਾਵੇਂ ਕਿ ਲੱਖ ਵਾਰੀ ਤੁਹਾਨੂੰ ਗੰਦ ਖਵਾ ਦੇਣ, ਦੁਬਾਰਾ ਵਾਰ ਵਾਰ ਜਾਂਦੇ। ਸੋ ਮੈਂ ਧਾਰਮਿਕਤਾ ਦੀ ਗੱਲ ਕਰ ਰਿਹਾ ਕਿ ਕਿਸੇ ਵੀ ਗੁਰੂ ਘਰ ਦੇ ਅੰਦਰ ਤੁਸੀਂ ਨਸ਼ਾ ਲੈ ਕੇ ਕਿਉਂ ਵੜਦੇ ਹੋ? ਫਿਰ ਨਸ਼ਾ ਲੈ ਕੇ ਵੜਦੇ ਹੋ, ਸ਼ਤਰ ਤਾਂ ਫਿਰ ਖਾਣੀ ਹੈ। ਤੁਹਾਨੂੰ ਪਹਿਲਾਂ ਅਗਲੇ ਪੰਜਾਬ ਪਿਆਰ ਨਾਲ ਸਮਝਾਉਂਦੇ ਨੇ, ਤੁਸੀਂ ਨਹੀਂ ਸਮਝ ਰਹੇ, ਉਹ ਤੋਂ ਬਾਅਦ ਫਿਰ ਸ਼ਤਰ ਜਦੋਂ ਫਿਰਦੇ ਹੈ ਉਹਦੇ ਤੋਂ ਬਾਅਦ ਆਪਾਂ ਵਿਰੋਧ ਕੁਝ ਲੋਕ ਕਰਨਾ ਸ਼ੁਰੂ ਕਰ ਦਿੰਦੇ ਹਾਂ। ਔਰ ਬਹੁਤ ਸਾਰੇ ਐਸੇ ਮੇਰੇ ਨਾਲ ਵੀ ਫੇਸਬੁੱਕ 'ਤੇ ਵੀਰ ਸਨ ਜਿਨ੍ਹਾਂ ਨੂੰ ਬਹੁਤ ਸਾਰੀਆਂ ਮਿਰਚਾਂ, ਜਿੱਦਾਂ ਚਲੂਣੇ ਲੜਦੇ ਹੈ, ਇੱਦਾਂ ਬਹੁਤ ਸਾਰੀਆਂ ਮਿਰਚਾਂ ਲੱਗੀਆਂ, ਤਾਂ ਮੈਂ ਉਹਨਾਂ ਨੂੰ ਬਹੁਤ ਸਾਰਿਆਂ ਨੂੰ ਆਪਣੇ ਫਰੈਂਡ ਲਿਸਟ ਵਿੱਚੋਂ ਬਾਹਰ ਕੱਢ ਦਿੱਤਾ ਕਿ ਪਹਿਲਾਂ ਪੰਜਾਬ ਹੈ, ਪੰਜਾਬੀ ਹੈ, ਪੰਜਾਬੀਅਤ ਹੈ, ਉਹ ਤੋਂ ਬਾਅਦ ਇਹ ਭਈਏ ਭੂਈਏ ਹੈ, ਠੀਕ ਹੈ ਜੀ। ਔਰ ਇਹਨਾਂ ਨੇ ਸਾਡਾ ਸਵਾਰਿਆ ਸੂਰਿਆ ਕੱਖ ਨਹੀਂ ਹੈ, ਸਾਡਾ ਬੇੜਾ ਗਰਕ ਪੰਜਾਬ ਦਾ ਬਹੁਤ ਜ਼ਿਆਦਾ ਕੀਤਾ, ਇੱਥੋਂ ਦੀ ਧਰਤੀ ਨੂੰ ਗੰਧਲਾ ਕੀਤਾ, ਮੂੰਹ ਦੇ ਵਿੱਚ ਪਾਣ ਪਾ ਕੇ ਪੁੱਛ ਕਰਦਾ ਮਾਰਦੇ ਨੇ, ਨਾ ਬੰਦਾ ਵੇਖਦੇ, ਨਾ ਕੁੱਕ ਬੰਦਾ ਦੇਖਦੇ ਹੈ। ਔਰ ਫਲ ਫਰੂਟ ਦੇ ਰਹੇ ਆ, ਸਬਜ਼ੀਆਂ ਦੇ ਰਹੇ, ਨਾਲ ਤੰਬਾਕੂ ਲਾ ਰਹੇ, ਬੀੜੀਆਂ ਪੀ ਰਹੇ ਆ, ਗੰਦ ਪੂਰਾ ਫੈਲਾਉਂਦੇ ਆ, ਤੁਹਾਨੂੰ ਦਿੰਦੇ ਆ। ਮੈਂ ਆਪਣੀ ਅੱਖੀਂ ਤੱਕ ਦੇਖਿਆ, ਇੱਥੇ ਜਲੰਧਰ ਦੇ ਵਿੱਚ ਆਪਣੀ ਅੱਖੀਂ ਦੇਖਿਆ, ਗੰਦੇ ਨਾਲੇ ਦੇ ਪਾਣੀ ਦੇ ਵਿੱਚੋਂ ਸਬਜ਼ੀਆਂ ਧੋ ਰਹੇ ਹੁੰਦੇ ਆ। ਔਰ ਬਹੁਤ ਵਾਰ ਬਹਿਸ ਤੱਕ ਵੀ ਕੀਤੀ ਵੀ ਇਹ ਕਰਤੂਤਾਂ ਨਾ ਕਰੋ, ਪ੍ਰਸ਼ਾਸਨ ਵੀ ਸੁੱਤਾ, ਸਭ ਸੁੱਤੇ ਹੋਏ, ਔਰ ਬਹੁਤ ਸਾਰੇ ਲੋਕਾਂ ਨੂੰ ਇਸ ਚੀਜ਼ ਦਾ ਪਤਾ ਵੀ ਇਹ ਕੰਮ ਗਲਤ ਕਰਦੇ ਆ। ਗੰਦੇ ਪਾਣੀ ਦੀਆਂ, ਗੰਦੇ ਨਾਲਿਆਂ ਦੇ ਪਾਣੀ ਦੀਆਂ ਦੇ ਨਾਲ ਸਬਜ਼ੀਆਂ ਧੋ ਕੇ, ਮੂਲੀਆਂ ਆਦਿਕ ਧੋ ਕੇ, ਅਦਰਕ ਤੱਕ ਧੋ ਕੇ ਤੁਹਾਨੂੰ ਬਾਅਦ ਵਿੱਚ ਇਹ ਵੇਚਦੇ ਆ, ਅਤੇ ਤੁਸੀਂ ਮੌਤ ਪੈ ਜਾਂਦੀ ਹੈ ਸਾਨੂੰ ਆਪਣੇ ਬੰਦਿਆਂ ਕੋਲ ਲੈਣ ਲੱਗੇ ਹਾਂ, ਅਤੇ ਤੁਸੀਂ ਆਪਾਂ ਲੈ ਕੇ ਅਤੇ ਘਰਾਂ ਦੇ ਵਿੱਚ ਜਾ ਕੇ ਬੜੇ ਸਵਾਦਾਂ ਨਾਲ ਇਹਨਾਂ ਦੀਆਂ ਚੀਜ਼ਾਂ ਦਿੱਤੀਆਂ ਹੋਈਆਂ ਖਾਂਦੇ ਹਾਂ। ਸੋ ਗੱਲ ਅੱਜ ਦੀ ਵੀਡੀਓ ਦੀ ਹੈ, ਦਰਬਾਰ ਸਾਹਿਬ ਦੇ ਅੰਦਰ ਲੈ ਕੇ ਜਾ ਰਿਹਾ ਸੀ ਨਸ਼ਾ ਭਈਆ, ਅਤੇ ਫਿਰ ਇੱਕ ਵੀਰ ਦੇ ਕਾਬੂ ਚੜ੍ਹ ਗਿਆ ਅਤੇ ਉਹਨੇ ਛੱਤਰ ਪਰੇਡ ਕੀਤੀ। ਵੀਡੀਓ ਦੇਖਿਓ, ਬਹੁਤ ਛੋਟਾ ਜਿਹਾ ਕਲਿੱਪ ਹੈ, ਨਾਲ ਨਾਲ ਤੁਸੀਂ ਵੇਖ ਰਹੇ ਹੋ। ਹੁਣ ਮੈਂ ਤੁਹਾਨੂੰ ਪ੍ਰੋਪਰ ਵੀਡੀਓ ਦਿਖਾਉਂਦਾ, ਨਾਲ ਉਹਦੀ ਆਵਾਜ਼ ਸੁਣਾਉਂਦਾ,
सुन के दस्यो भी ये गलत है या सही है। मेरे मुताबिक तो 150% सही है, गलत बिल्कुल कोई नहीं। बाकी अपनी तुसी राय दे दियो भी तुहानू गलत लगता या सही लगता। और जेकर तुहानू कोई ऐसियां वीडियो मिलदियां ने तां तुसी डायरैक्टली मैनू मेरे वट्सअप नंबर दे उत्ते तुसी भेज सकते हो। वट्सअप नंबर इस वीडियो के अखीर विच मैं तुहानू दे देवांगा। उस वट्सअप नंबर दे उत्ते तुसी ऐसियां वीडियो ऐसी जानकारी जिहड़ी मेरे चैनल दे योग मैं पा सकां ਤੁਸੀਂ ਮੈਨੂੰ ਭੇਜ ਦਿਆ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੀੜਾ ਬਾਹਰ ਕੱਢ, ਬੀੜੇ ਭਾਈ ਆ ਗਿਆ। ਇਹ ਕੀ ਹੈ, ਕਿਸੇ ਮੇਰਾ ਕਰ ਦੋ। ਇਧਰ ਕਿਦਾ, ਕਿੰਨੇ ਵਾੜਿਆ ਤੈਨੂੰ ਅੰਦਰ ਫੇਂਕ ਗਿਆ? ਅੰਦਰ ਕਿੰਨੇ ਵਾੜਿਆ ਤੈਨੂੰ? ਨਹੀਂ ਨਹੀਂ ਬੇਟੇ ਨੇ ਕਹਿ ਦੋ ਮੈਨੂੰ। ਸੇਵਾਦਾਰ ਕਿੱਥੇ? ਇੱਥੋਂ ਵਾਲੇ ਸਾਰੇ ਉਹਨੂੰ ਬੁਲਾਓ ਨਾ, ਜਿਹੜੇ ਠੇਕੇਦਾਰ ਬਣੇ ਪੰਥ ਦੇ ਵੀ, ਉਹਨਾਂ ਦਾ ਫਰਜ਼ ਨਹੀਂ ਬਣਦਾ ਇਹ ਆਣ ਕੇ ਕੀ ਕਰਦੇ ਇੱਥੇ? ਖਾਇਆ ਗਿਆ ਕੁਝ ਨਹੀਂ? ਮਾਕੂ ਮਲਦੇ ਆ, ਅਸੀਂ ਖਾਇਆ ਨਹੀਂ। ਮੈਂ ਕੱਢ ਬਾਹਰ जे तू हुण बढ़िया ना इत्थे ठेकेदार बने पंथ का फर्ज नहीं बनता आन के की करते इत्थे? माकू मल दे, खाया नहीं। जे तू हुण बढ़िया ना इत्थे आपदा हिसाब।